मेरी नूह सी ना, मेरी पोती सी, दोनों जनिया सीगिया। पिछे ट्रक आया तो टक्कर मारी उन्होंने, मार के छट के पता नहीं चल गया। ये जी मैं जा रहा थी पटवास नाल लाई, उन्हें गैलो लिया कि स्कूटरी गैल ले थले टायर थले वाली लसेंस हैगा जी, सूट है जी। ਪਹਿਲੀ ਮਰ ਗਈ ਸੀ, ਉਹਦੇ ਦੋ ਕੁੜੀਆਂ ਸੀਗੀਆਂ, ਫਿਰ ਉਹਦੇ ਦੂਜੀ ਵਿਆਹ ਕੀਤਾ ਸੀ, ਇਹਦੀ ਇੱਕ ਬੁੱਢੀ ਆ ਜੀ 12-13 ਸਾਲਾਂ ਦੀ। ट्रक जाता स्कूटरी पास कर लगे, स्लिप करी है स्कूटरी, टिक के गिरया बंदा, गोडे गोडे मेरी नूह सी ना, मेरी पोती सी, दोनों जनिया सीगिया। पिछे ट्रक आया तो टक्कर मारी उन्होंने, मार के छट के पता नहीं चल गया कि इतने अग फड़िया कि नहीं फड़िया, सानू पता नहीं। इतना घर फुड़े असी घर सी, घर सानू फोन किया कुड़ी का, कहती बड़ी मम्मा साढ़े एक्सीडेंट हो गया, तुम छेती आ जाओ घर, डॉक्टर दवाई लैन गए। सहेली मां बीमार सी, उन्होंने देख आए थे इतने बोड़ा गेट, इतने दिखती है पुल के लागे, उत्थे उधर आई पड़ सी, कहती मैं अपने सैड से आई सी, मगर वाली कहती सैड मारी उन्हें ट्रक वाले ने, कहती सर हाँ बीमार थी। पहली मर गई थी, उन्हें दो कुड़ियां थी, फिर वो दूजी ब्याह किया, एक बुढ़ी आई थी 12-13 साल की। ਨਿਰਮਲ ਸਿੰਘ ਜੀ ਕਿੱਥੋਂ ਤੋਂ? ਬਲਿਆਲ ਤੋਂ। ਬਲਿਆਲ ਤੋਂ? ਹਾਂ। ਐਕਸੀਡੈਂਟ ਕਿਵੇਂ ਕੀਤਾ? ਇਹ ਜੀ ਮੈਂ ਜਾ ਰਿਹਾ ਸੀ ਪਟਵਾਸ ਨਾਲ ਲਾਈ, ਉਹਨੇ ਗੈਲੋ ਲਿਆ ਕੇ ਸਕੂਟਰੀ ਗੈਲ ਲਏ ਥੱਲੇ ਟਾਇਰ ਥੱਲੇ ਵਾੜੀ। ਹੈਗਾ ਤੁਹਾਡੇ ਕੋਲ ਲਸੈਂਸ? ਹੈਗਾ ਜੀ, ਛੋਟਾ ਜੀ। ਅੱਛਾ, ਛੋਟਾ ਟਰੱਕ ਕਿਉਂ ਚਲਾ ਰਹੇ ਜੀ? ਛੋਟਾ ਬੇਨਤੀ ਕਰਦੇ ਆ ਵੀ ਜਿਹੜਾ ਰੋਡ ਆ ਇਹ ਰੋਡ ਦਾ ਇੰਨਾ ਬੁਰਾ ਹਾਲ ਹੈ ਵੀ ਮਤਲਬ ਬੰਦਾ ਤੁਰ ਕੇ ਵੀ ਨਹੀਂ ਜਾ ਸਕਦਾ ਹੈਗਾ ਇੱਥੇ, ਤੇ ਇਹਦੇ ਗੋਡੇ ਗੋਡੇ ਤੋਂ ਇਹਨੇ ਸਿਰੇ ਤੱਕ ਭਾਨੀਗੜ੍ਹ ਕੈਂਚੀਆਂ ਤੱਕ ਵਗ ਜਾਓ, ਗੋਡੇ ਗੋਡੇ ਪਾਣੀ ਖੜਾ ਹੈ। ਪੁਲ ਦੇ ਉੱਤੇ ਵੀ ਹੁਣ ਦੇਖ ਲਓ, ਇੱਥੇ ਸੜਕ ਦਾ ਬੁਰਾ ਹਾਲ ਹੈ, ਕੋਈ ਸਕੂਟਰ ਮੋਟਰਸਾਈਕਲ ਨਹੀਂ ਪਾਸ ਕਰ ਸਕਦਾ, ਰੇਤੀ ਰੇਤਾ ਪਿਆ। ਠੀਕ ਆ, ਹੁਣ ਟਰੱਕ ਜਾਂਦਾ ਸੀ ਸਕੂਟਰੀ ਪਾਸ ਕਰਨ ਲੱਗੇ, ਸਲਿੱਪ ਕਰੀ ਆ ਸਕੂਟਰੀ, ਟਿੱਕ ਕੇ ਗਿਰਿਆ ਬੰਦਾ, ਗੋਡੇ ਗੋਡੇ ਟੋਏ ਨੇ, ਦੇਖੋ ਪਾਣੀ ਖੜਾ ਹੁਣ ਵੀ। ਮੇਨ ਕਾਰਨ ਟੋਏ ਨੇ ਸੜਕ ਦਾ ਜੀ, ਇਹ ਸਰਕਾਰਾਂ ਕਹਿੰਦੇ ਨੇ ਵੀ ਅਸੀਂ ਸੜਕਾਂ ਬਣਾ ਦਈਆਂ। ਠੀਕ ਹੈ, ਹੁਣ 2 ਸਾਲ ਹੋ ਗਏ ਟੂਲ ਪਲਾਜ਼ਾ ਬੰਦ ਹੋਏ ਨੂੰ, ਹੁਣ ਕਿਉਂ ਨਹੀਂ ਸਰਕਾਰ ਬਣਾ ਰਹੀ? ਅਸੀਂ ਗੱਡੀਆਂ ਲੰਘਾਉਂਦੇ ਟੂਲ ਪਲਾਜ਼ਾ ਦਿੰਦੇ ਤਾਂ ਸੜਕਾਂ ਬਣਦੀਆਂ ਨੇ, ਹੁਣ ਸਰਕਾਰ ਨੂੰ ਅਸੀਂ ਬੇਨਤੀ ਕਰ ਰਹੇ ਹੁਣ ਸੜਕ ਬਣਾ ਕੇ ਦਿਖਾਓ ਸਾਨੂੰ। ਇੱਧਰ ਦੀ ਨਾਲ ਦੀ ਮੈਨੂੰ ਦੱਸਦਾ, ਜਦੋਂ ਅਸੀਂ ਮੁੜੇ ਇੱਧਰਲੀ ਸਾਈਡ ਆਪਣੀ ਸ਼ਿਫਟ ਵਾਲੀ ਕਿੰਨੀ ਹੋਈ। ਠੀਕ ਹੈ, ਤਾਂ ਇੱਧਰ ਦੀ ਆ ਕੇ ਨਾ ਅਸੀਂ ਐਕਸੀਡੈਂਟ ਹੀ ਦੇਖਿਆ ਬਸ, ਹੋਰ ਕੁਛ ਨਹੀਂ। ਮਰੀ ਵੀ ਜਦੋਂ ਮੈਂ ਆਪ ਜੀ ਨੂੰ ਕੁਝ ਦੇਖੀ, ਸਾਰਾ ਕੁਝ ਦੇਖਿਆ, ਆ ਜੀ ਦੱਬ ਕੇ ਦੇਖੀ, ਹੈ ਨਹੀਂ ਜੀ, ਖਤਮ ਖਤਮ। ਨਾ ਕੁੜੀ ਸੀ, ਕੁੜੀ ਤਾਂ ਬੱਜੀ ਆ ਰਹੀ ਪੈਰ ਦੇ। ਸਾਡੇ ਕੋਲ 2 ਪੇਸ਼ੈਂਟ ਆਏ ਸੀਗੇ, ਇੱਕ ਤਾਂ ਲੇਡੀ ਸੀਗੀ ਜਿਹਦਾ ਨਾਮ ਪਰਮਜੀਤ ਕੌਰ ਹੈ, ਉਹਨਾਂ ਦੀ ਤਾਂ ਡੈਥ ਸਾਡੇ ਕੋਲ ਬਰੋਡ ਡੈਡ ਹੀ ਆਏ ਨੇ, ਉਹਨਾਂ ਦੀ ਇੰਜਰੀਜ਼ ਇੰਨੀ ਜ਼ਿਆਦਾ ਸੀ ਕਿ ਉਹਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜਿਹੜਾ 1 ਪੇਸ਼ੈਂਟ ਹੈ ਸਾਡੇ ਕੋਲ ਆਇਆ, ਉਹਨਾਂ ਦੀ ਬੇਟੀ ਹੈ ਜਿਹੜੀ, ਉਹ ਠੀਕ ਹੈ, ਉਹ ਸਟੇਬਲ ਨੇ, ਫਿਲਹਾਲ ਉਹਨਾਂ ਨੇ 40 ਈਅਰਸ ਲਿਖੀ ਹੋਈ ਹੈ। ਉਹਨਾਂ ਦੀ ਬੇਟੀ ਠੀਕ ਹੈ, ਹਾਂ ਫਿਲਹਾਲ ਸਟੇਬਲ ਹੈ, ਅੰਦਰ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ।